हाँ हाँ नाल बोल के सही गल है तू सिर तेरे सही गल नाल डॉक्यूमेंट्री दस लो जी देखो जी भाई इधर बनाओ तुम जटोन आओ देखो लड्डू आ गए ताजा ओपन है पानी कौन है भाई चलो 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 यार ਉਹਨੇ ਸ਼ਰਮ ਆ ਗਈ ਵੇ ਲੱਭਾ ਵੇ ਰੁਕ ਗਿਆ ਉਹਦਾ ਸੋਚਣ ਲੱਗ ਗਿਆ ਉਹਦਾ ਕਲੋਜ਼ ਅਪ ਲੈ ਰਿਹਾ ਕਹਿੰਦਾ ਵੇ ਤੁਹਾਨੂੰ ਅੱਜ ਗੱਲ ਕਰਨੀ ਹੈ ਤੂੰ ਚੱਲੀ ਦੇਖੀ ਜਾਣ ਤੂੰ ਹਜੇ ਅੱਜ ਕੱਲ ਲੋਕੀ ਹਰੇਕ ਉਹਦੇ ਚੱਲ ਰਹੇ ਨੇ ਉਹ ਦੇਖੋ ਓਕੇ ਬਾਂਦਰ ਬਣ ਚੁੱਕੀ ਹੈ ਇਹ ਤਾਂ ਯਾ ਇਹਨੂੰ ਪਤਾ ਪਾਣੀ ਨੂੰ ਪੀਆ ਬੰਦੇ ਹੁਣ ਪੁੱਛ ਲਓ ਬੈਟਰ ਦਾ ਵਧੀਆ ਕੀ ਹੈ ਯਾਰ ਇਹ ਨਾਰੀ ਨੂੰ ਬਗਾ ਲਓ ਕਹਿੰਦਾ ਭਾਈ ਨਾਰੀ ਚਾਹੀਦੀ ਹੈ ਦੇਖੋ ਕਿਹੜੇ ਬੰਦਾ ਹੈ ਉਹ ਆ ਗਿਆ ਉੱਪਰ ਆ ਗਿਆ ਉੱਪਰ ਕਿੱਡੀ ਦੋ ਕਿਲੋ ਦੇਖੋ ਜੰਗਲਾਂ ਦਾ ਹਾਲ ਪੋਸਟ ਸੈਂਡਵਿਚ ਮੰਗਾ ਲਈਏ ਫਿਰ ਜਿਹੜੇ ਬ੍ਰੈਡ ਵਾਲੇ ਕੋ ਬੈਲ ਮਾਲ ਕਰ ਉਹ ਤਾਂ ਲਾਈਟ ਜਮ ਕਰ ਦੋ ਸੈਂਡਵਿਚ ਕਿੱਥੇ ਗਿਰੀ ਸੀ ਉਹ ਮਾਮਲਾ ਰੌਲਾ ਪਾ ਦਿੰਦੇ ਫਿਰ ਹੀ ਕਰ ਕੁਇੰਟਲ ਤਾਂ ਗੰਦ ਪਿਆ ਨੂਰ ਖੱਬੇ ਪਾਸੇ ਵੀ ਇੱਕ ਅੰਦਰ ਮੋਲ ਵੀ ਆ ਲੋ ਖੱਬੇ ਪਾਸੇ ਵੀ ਚੱਲ ਚੱਲ ਆ ਵੇ ਭੈਣ ਇਹਨੂੰ ਮਾਰੋ ਤਾਂ ਦਬਕਾ ਸੈਨੂੰ ਕਿ ਕੀ ਗੰਦ ਪਾਇਆ ਜਾਰੀ ਨਹੀਂ ਹੋਣਗੇ ਬੱਲਾ ਦਾ ਨਾਰੀ ਨੇ ਸਭ ਧੋ ਗਈਆਂ ਡੱਬੀਆਂ ਡੱਬੀਆਂ ਖਾਦ ਪੋਲੀਸ਼ਨ ਭੈਣ ਚ ਲੋਕੀ ਕੋਈ ਕਹਿਣ ਵਾਲੇ ਨਹੀਂ ਨਾ ਪਾਰ ਸ਼ੁਰੂ ਹੋ ਗਿਆ ਪਾਰ ਨਹੀਂ ਹੈ ਹੀ ਪੰਡਤ ਹੈ ਹੀ ਪੰਡਤ ਜੀ ਉਹ ਤਾਂ ਹੀ ਨਹੀਂ ਸਕਦਾ ਹਾਂ ਤਾਂ ਹੀ ਨਹੀਂ ਸਕਦਾ ਪੰਡਤ ਹਾਂ ਹਮੋ ਸਰ ਇਹ ਵਿਚਰੇ ਜਾਈ ਹੁਣ ਭਾਈ ਕਲੋਜ਼ ਅਪ ਲਿਓ ਨਾ ਦੂਰ ਤੱਕ ਜਾਂਦੇ ਰਹੇ ਕੀ ਇਹ ਡੱਬੇ ਦੇ ਵਿੱਚ ਤੇ ਜੀ ਤਾਂ 5000 ਦਿਹਾੜੀ ਵਾ अपना अपना धर्म लेकिन कुछ धर्म जितना मर्जी मानते हैं लेकिन लोग ऐसा भी मानते हैं ख्वाजे तो उत्ते कोई पीर नहीं है क्यों जब भी माँ के पेट च बच्चा होंगे वो पानी च होंगे ठीक है जी जब बदने का संस्कार कुछ भी किया जाता वह भी पानी ने किया जाता ठीक है जी कुछ इनू ख्वाजा हजरत मानते हैं कुछ गंगा मैया मानते हैं यानी कि अपने अपनी श्रद्धा नाल जो भी जिसने सुखिया होंगे उस हिसाब ना अपना चढ़ावा चढ़ा कुछ पैसे चढ़ाते हैं कुछ सिक्का चढ़ा कुछ जिकना किसी ने पंडित ने दसता भी तुम आह चीज़ दान करो या पानी से विदा करो लगता सरदार जी आत्मा तो परमात्मा जेडे बंदे ने आत्मा ना किसी चीज़ को मनिया जाता धर्म ना तो परमात्मा का साथ जरूर दिता चाहे कोई भी धर्म आ चाहे सिख आ चाहे हिंदू आ कोई भी आ दिहाड़ी का करीबन इतने जी 300-400 रुपया गिरता तो असी कढ़ के एक किस्म का सरकार का भी भला करते हैं तो साड़ी भी रोजी रोटी चलती है तो किसी गुरु पीर के चढ़ावा चुकन वाला भी कोई चाहिए पैंदा चाहे कोई भी स्थान हो अपनी जेब च कितने पैसा होगा तो ही आप कितने भी चढ़ा सकते हैं चाहे गुरुद्वारा चाहे मंदिर चाहे मस्जिद कोई हूँ परमात्मा तक किसी ने नहीं देखा है जिकना हूँ कोई भी मतलब पीढ़ी ला लो जिकना हूँ मैं मुसलमान हाँ तुम सिख हो या कोई हिंदू आ जिकना आप गाह तो गाह संस्कार दते जाते हैं प्रदूषण नहीं मानते इन्ना प्रदूषण हो रहा है ना साढ़े बैठे बैठे 20 मिनट के करीब समान गिर गया
ਤੁਸੀਂ ਕੁਛ ਤਾਂ ਖਵਾਜੇ ਨੂੰ ਮੰਨਦੇ ਹੋ, ਦੂਜੇ ਪਾਸੇ ਖਵਾਜੇ ਨੂੰ ਇੰਨਾ ਗੰਦਾ ਕਰਦੇ ਹੋ, ਉਹਦੇ ਪਾਣੀ, ਦੁੱਧ, ਜਿੰਨਾ ਵੀ ਗੰਦ ਕਬਾਰ ਸੁੱਟ ਸੁੱਟ ਕੇ, ਜੇ ਤੁਸੀਂ ਖਵਾਜੇ ਨੂੰ ਮੰਨਦੇ ਹੋ ਤਾਂ ਉਹਨੂੰ ਗੰਦਾ ਕਿਉਂ ਕਰਦੇ ਹੋ? ਇਹ ਤਾਂ ਜੀ ਹੁਣ ਐਂ ਆ, ਹੁਣ ਮੇਰੇ ਵਰਗਾ ਤਾਂ ਮੈਗਨੇਟਰ ਲੈ ਕੇ ਫਿਰਦਾ, ਮੈਂ ਤਾਂ ਸਫਾਈ ਕਰ ਰਿਹਾ, ਠੀਕ ਹੈ ਨਾ ਮੇਰੀ ਗੱਲ ਨੂੰ? ਅਤੇ ਬਾਕੀ ਜੇ ਮੈਂ ਕੋਈ ਚਿਰਾਗ ਬੱਤੀ ਵੀ ਲਾਉਣਾ ਹੁੰਦਾ ਆਪਣੇ ਘਰ 'ਚ ਲਾਉਣਾ। ਜਿੰਨਾ ਪੈਸਾ ਵਿਸ਼ਵਾਸ ਨਹੀਂ ਹੈ ਸਰਦਾਰ ਜੀ, ਮੈਂ ਕੁਛ ਨਹੀਂ ਕਹਿ ਸਕਦਾ, ਕਿਉਂ ਮੇਰੀ ਰੋਜੀ ਰੋਟੀ ਚੱਲ ਰਹੀ ਆ, ਪਾਣੀ ਚ ਗੇੜਦਾ ਉਹੀ ਦੁੱਧ ਕਿਸੇ ਬੱਚੇ ਦੇ ਮੂੰਹ ਚ ਪਿਆ ਹੁੰਦਾ, ਕਿਸੇ ਲੋੜਵੰਦ ਦੇ ਮੂੰਹ ਚ ਪਿਆ ਹੁੰਦਾ, ਉਹ ਜ਼ਿਆਦਾ ਫਾਇਦਾ ਸੀ ਕਿ ਪਾਣੀ ਚ ਰੋੜਦਾ ਫਾਇਦਾ? ਅੱਛਾ, ਕੀ ਕੀ ਲੋਕ ਸੁੱਟਦੇ ਨੇ ਵੈਸੇ? ਤੁਸੀਂ ਦੇਖਿਆ ਹੋਣਾ ਇਸ ਤੋਂ ਇਲਾਵਾ ਚੋਂ ਤੁਸੀਂ ਸਿੱਕੇ ਕੱਢਦੇ ਹੋ, ਹੋਰ ਕੀ ਕੀ ਲੋਕ ਜੀ ਵਿੱਚ? ਕੋਈ ਕਣਕ ਦਾਨ ਕਰਦਾ, ਕੋਈ ਮਤਲਬ ਜੌਂ, ਕੋਈ ਦੁੱਧ, ਤਾਂ ਕੋਈ ਮਤਲਬ ਸਿੱਕੇ ਲਗਾ ਲਓ ਚੁੱਕਣਾ, ਕੋਈ ਸੱਪ ਸਿੱਟਦਾ ਚੁੱਕਣਾ ਚੁੱਕਣਾ, ਕੋਈ ਦੱਸਦਾ ਕੋਈ ਨੂੰ, ਉਦੋਂ ਕਮਾਈ ਦਿਹਾੜੀ ਦੇ ਵਿੱਚ 400-500 ਰੁਪਏ ਆਰਾਮ ਨਾਲ ਨਿਕਲਦਾ ਜੀ। ਹੁਣ ਘੱਟ ਗਈ? ਹੁਣ ਜੀ ਹੁਣ ਘੱਟ ਗਈ, ਹੁਣ ਉਹੀ 100-150 ਰੁਪਏ ਮਿਲਦਾ। ਇੱਦਾਂ ਸੋਹਣਾ ਪਾਣੀ ਪਰਮਾਤਮਾ ਦਿੱਤਾ ਹੋਇਆ, ਨਹਿਰ ਚੱਲ ਰਹੀ ਹੈ, ਦੇਖੋ ਕਿੱਡਾ ਸੋਹਣਾ ਦਰਿਆ ਚੱਲ ਰਿਹਾ, ਇਹਨੂੰ ਆਪਾਂ ਪ੍ਰਦੂਸ਼ਿਤ ਤਾਂ ਕਰ ਰਹੇ ਹਾਂ ਨਾ, ਬਿਲਕੁਲ ਮੈਂ ਸਹਿਮਤ ਇਹਦੇ ਨਾਲ, ਮਤਲਬ ਕਿਉਂ ਜੇ ਹੁਣ ਇਕਣਾ ਲਿਫਾਫੇ ਇਹਨਾਂ ਨੇ ਰੋੜੇ ਨੇ, ਇਹਨਾਂ ਨੂੰ ਕਿਤੇ ਬਾਹਰ ਜਲਾਇਆ ਜਾਂਦਾ ਜਾਂ ਕਿਤੇ ਹੋਰ ਕਬਾੜ ਵਿੱਚ ਸਿੱਟੇ ਜਾਂਦੇ ਤਾਂ ਸਹੀ ਗੱਲ ਸੀ। ਹੁਣ ਜੇ ਜੀ ਲੋਕਾਂ ਦੀ ਬੁੱਧੀ ਉਹ ਹਿਸਾਬ ਨਾਲ ਲੋਕ ਕੰਮ ਕਰਦੇ ਨੇ, ਆਪਣੀ ਆਪਣੀ ਸੋਚਣੀ ਹੈ। ਮੇਰੀ ਰੋਜੀ ਰੋਟੀ ਆ, ਮਤਲਬ ਜਿਹੜੇ ਮੈਂ ਪੈਸੇ ਕੱਢਦਾ, ਮਤਲਬ ਕਿਤੇ ਗਾਹਾਂ ਨਾ ਉਹ ਕਰਦੇ, ਮਤਲਬ ਕੋਈ ਨਾ ਕੋਈ ਸਰਕਾਰ ਕੋਈ ਟੈਕਸ ਲਾ ਦੇ ਅਤੇ ਪਾਬੰਦੀ ਲਾ ਦੇਵੇ,